ਸ਼੍ਰੀਕਾਲ ਬਈ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਰਦੀਪ ਸਿੰਘ ਪੜਕੀਲਾ। ਤੇ ਯਾਰ ਅੱਜ ਦੀ ਆ ਬਲੌਗ ਹੈ ਜਿਹੜਾ ਆਪਣਾ ਸਿੱਧੂ ਬਾਈ ਨੂੰ ਡੈਡੀਕੇਟ ਹੈ, ਮੂਸੇ ਵਾਲੇ ਨੂੰ। ਤੇ ਲੋਕ ਬਹੁਤ ਰੂਮਰਸ ਫੈਲਾ ਰਹੇ ਨੇ, ਅਫਵਾਹਾਂ ਫੈਲਾ ਰਹੇ ਨੇ ਵੀ ਇੱਦਾਂ ਹੋਇਆ ਸੀਗਾ, ਇੱਦਾਂ ਹੋਇਆ ਸੀਗਾ। ਮੈਂ ਅੱਜ ਤੁਹਾਨੂੰ ਸਾਰੀ ਜਵਾਰਕੇ ਤੋਂ ਲੈ ਕੇ ਮੂਸੇ ਪਿੰਡ ਤੱਕ ਦੀ ਪੂਰੀ ਸਪੋਟ ਹੈ ਜਿਹੜੀ ਉਹ ਦਿਖਾਊਂਗਾ ਤੁਹਾਨੂੰ ਆਪਣੇ ਬਲੌਗ 'ਚ। ਤੇ ਮੇਰੇ ਨਾਲ ਜਾ ਰਹੇ ਨੇ ਗੁਰਸੇਵਕ ਸਿੰਘ ਤੇ ਗੁਰਲਾਲ ਵੀਰਾ। ਤੇ ਮੈਂ ਦਿਖਾਉਂਦਾ ਤੁਹਾਨੂੰ ਅੱਜ ਸਾਰਾ ਪੂਰਾ ਬਲੌਗ, ਜਿਹ 'ਚ ਜਵਾਰਕੇ ਤੋਂ ਲੈ ਕੇ ਮੂਸੇ ਪਿੰਡ ਤੱਕ ਦਾ ਸਾਰਾ ਕਵਰ ਕਰਾਂਗੇ ਆਪਾਂ, ਤੇ ਸਾਰੀ ਸਪੋਟ ਦਿਖਾਵਾਂਗੇ, ਗੋਲੀਆਂ ਵਗੈਰਾ ਦੇ ਨਿਸ਼ਾਨ। ਤੇ ਚਲੋ ਚੱਲਦੇ ਹਾਂ, ਮੇਰੇ ਨਾਲ ਸ਼ੁਰੂ ਕਰਦੇ ਹਾਂ ਬਲੌਗ। ਤੁਹਾਨੂੰ ਪਿੱਛੇ ਦੇਖ ਕੇ ਪਤਾ ਲੱਗ ਹੀ ਗਿਆ ਹੋਊਗਾ ਵੀ ਅਸੀਂ ਕਿੱਥੇ ਹਾਂ। ਅਤੇ ਯਾਰ ਅੱਜ ਪਹੁੰਚੇ ਹਾਂ ਜਵਾਰਕੇ, ਜਿੱਥੇ ਬਾਈ ਦਾ ਸਪੋਟ ਹੈ, ਜਿੱਥੇ ਸਿੱਧੂ ਦੀ ਬਾਈ ਦਾ ਕਤਲ ਹੋ ਗਿਆ ਸੀਗਾ। ਅਤੇ ਆਹ ਉਹ ਕੰਧ ਹੈ ਜਿੱਥੇ ਗੋਲੀਆਂ ਵਗੈਰਾ ਵੱਜੀਆਂ ਹੋਈਆਂ ਨੇ, ਨਿਸ਼ਾਨ ਵਗੈਰਾ ਵੀ ਦਿਖਾਉਂਦੇ ਹਾਂ ਤੁਹਾਨੂੰ ਸਾਰੇ। ਯਾਰ ਲੋਕਾਂ ਨੇ ਬਹੁਤ ਉਹ ਮਤਲਬ ਫੈਲਾਈਆਂ ਹੋਈ ਸੀਗੇ ਰੂਮਰਸ ਫਾਲਤੂ ਦੇ ਵੀ ਇਹ ਹੋਇਆ ਇਹ ਹੋਇਆ। ਆਪਾਂ ਇੱਥੇ ਤੁਹਾਨੂੰ ਇਕੱਲੀ ਇਕੱਲੀ ਚੀਜ਼ ਦਿਖਾਵਾਂਗੇ ਸਾਰਾ ਕੁਛ। ਅਤੇ ਇਸ ਤੋਂ ਬਾਅਦ ਬਾਈ ਦੇ ਪਿੰਡ ਵੀ ਚੱਲਾਂਗੇ, ਉਹਨਾਂ ਦੇ ਘਰ ਦਾ ਵੀ ਦਿਖਾਵਾਂਗੇ ਤੁਹਾਨੂੰ ਸਭ ਕੁਛ। ਅਤੇ ਘਰ ਨੂੰ ਯਾਰ ਮਤਲਬ ਇੱਕ ਮਿਊਜ਼ੀਅਮ ਦੀ ਤਰ੍ਹਾਂ ਚੇਂਜ ਕਰਤਾ, ਕਿਉਂਕਿ ਲੈਜੈਂਡ ਬੰਦਿਆਂ ਦਾ ਘਰ ਸੀਗਾ, ਉਹਨੂੰ ਮਿਊਜ਼ੀਅਮ ਵਾਂਗੂ ਚੇਂਜ ਕਰਤਾ। ਉਹ ਸਾਰਾ ਕੁਛ ਵੀ ਦਿਖਾਉਂਦੇ ਹਾਂ ਤੁਹਾਨੂੰ। ਅਤੇ ਆ ਜਾਓ, ਪਹਿਲਾਂ ਮੈਂ ਇੱਕ ਵਾਰੀ ਆ ਕੰਧ ਦਾ ਦਿਖਾ ਦਿੰਦਾ ਤੁਹਾਨੂੰ ਥੋੜ੍ਹਾ ਜਿਹਾ, ਜੋ ਗੋਲੀਆਂ ਦੇ ਨਿਸ਼ਾਨ ਨੇ ਅਤੇ ਗੱਡੀ ਦਾ ਨਿਸ਼ਾਨ ਬਣਿਆ ਹੋਇਆ ਜਿਹੜਾ। ਆਹ ਸਾਰੇ ਬਾਈ ਗੋਲੀਆਂ ਦੇ ਨਿਸ਼ਾਨ ਨੇ, ਆਹ ਦੇਖੋ ਤੁਸੀਂ ਲੈਂਟਰ ਵਿੱਚ ਦੀ ਵੀ ਕਿੰਨੇ ਡੂੰਘੇ ਗਏ ਹੋਏ ਨੇ। ਅਤੇ ਆਰ ਪਰ ਉਹ ਰੀ ਹਾਰ ਪਰ ਅਤੇ ਆਹ ਬਾਈ ਦੀ ਉਰੇ ਫੋਟੋ ਲਾਈ ਹੋਈ ਹੈ ਵੱਡੀ ਕਰਕੇ, ਬੈਨਰ ਲੱਗੇ ਹੋਏ ਨੇ, ਹੋਰ ਵੀ ਗੋਲੀਆਂ ਦੇ ਨਿਸ਼ਾਨ ਅੱਗੇ ਵੀ ਨੇ ਦੀਵਾਰ 'ਤੇ, ਉਹ ਵੀ ਦਿਖਾਉਂਦੇ ਹਾਂ ਤੁਹਾਨੂੰ। ਆਹ ਬਾਈ ਪੁਲਿਸ ਵਾਲਿਆਂ ਵੱਲੋਂ ਗੱਡੀਆਂ ਦੇ ਨਿਸ਼ਾਨ ਨੇ ਜੋ ਬਣਾਏ ਗਏ ਸੀਗੇ, ਇੱਥੇ ਗੱਡੀ ਖੜ ਕੇ ਅਤੇ ਉੱਥੇ ਤੱਕ ਗੋਲੀਆਂ ਦੀ ਮਾਰ ਕੀਤੀ ਗਈ ਸੀਗੀ। ਉਹ ਅੱਗੇ ਟਾਇਰ ਪੈਂਚਰ ਵਾਲੀ ਦੁਕਾਨ ਤੱਕ ਵੀ ਗੋਲੀਆਂ ਗਈਆਂ ਨੇ। ਅਤੇ ਇੱਧਰ ਨੇ ਆਹ ਨਿਸ਼ਾਨ ਕੁਸ਼ਕ, ਮਤਲਬ ਜਿੱਧਰ ਉਹਨਾਂ ਤੋਂ ਗੋਲੀਆਂ ਚੱਲੀਆਂ ਬਈ, ਉਹਨਾਂ ਨੇ ਗੱਡੀ ਦੇਖਣ ਸਾਰ ਬਸ ਗੋਲੀਆਂ ਚਲਾਤੀਆਂ, ਇੱਥੇ ਗੱਡੀ ਖੜੀ ਸੀਗੀ ਅਤੇ ਉੱਥੇ ਤੱਕ ਫਾਇਰਿੰਗ ਹੋਈ ਹੈ। ਆਹ ਦੇਖੋ ਤੁਸੀਂ, ਆਹ ਗੇਟ ਤੱਕ ਗੋਲੀਆਂ ਗਈਆਂ ਨੇ ਬਈ। ਜਾਂਦੇ ਆਪਾਂ ਪਿੰਡ ਨੂੰ, ਜਵਾਰਕਿਆਂ 'ਚੋਂ ਨਿਕਲ ਗਏ ਹਾਂ। ਪਿੰਡ 'ਚ ਕੋਈ ਕੁਛ ਦੱਸ ਨਹੀਂ ਰਿਹਾ ਬਈ, ਡਰ ਦਾ ਮਾਹੌਲ ਹੈ ਪੂਰਾ ਯਾਰ। ਬਈ ਜੀ ਪਿੰਡ 'ਚੋਂ ਯਾਰ ਕੋਈ ਵੀ ਦੱਸ ਨਹੀਂ ਰਿਹਾ ਕੁਛ ਵੀ। ਅਤੇ ਹੁਣ ਅਸੀਂ ਪੁੱਛਿਆ ਸੀਗਾ ਬਜ਼ੁਰਗ, ਕਹਿੰਦੇ ਵੀ ਵੀਡੀਓ 'ਚ ਨਹੀਂ ਆਉਂਦੇ ਹੈਗੇ, ਪਰ ਦੱਸ ਦਿੰਦੇ ਹਾਂ ਸਾਰਾ ਕੁਛ ਵੀ ਕਿੱਧਰੋਂ ਆਏ ਸੀ। ਉਹਨਾਂ ਨੇ ਰੋਡ ਵਗੈਰਾ ਦਿਖਾਇਆ ਸਾਨੂੰ ਸਾਰਾ ਕੁਛ, ਅਤੇ ਨਿਸ਼ਾਨਾਂ ਬਾਰੇ ਦੱਸਿਆ, ਜਿਹੜੇ ਵਾਈਟ ਕਲਰ 'ਚ ਨਿਸ਼ਾਨ ਨੇ, ਕਹਿੰਦੇ ਵੀ ਉੱਥੋਂ ਇੱਕ ਕਰਮ ਭਾਵ 4-5 ਕੁ ਫੁੱਟ ਅੱਗੇ ਹੀ ਸੀਗੀ ਉਹਦੀ ਗੱਡੀ ਸਿੱਧੂ ਭਾਈ ਦੀ, ਅਤੇ ਉਹਨਾਂ ਦੇ ਸਾਹਮਣੇ ਮੂੰਹ ਸੀਗਾ ਬੁੱਢਲਾਟੇ ਵਾਲੀ ਸਾਈਡ, ਅਤੇ ਉਹਦੇ ਅੱਗੋਂ ਖੜ ਕੇ ਵੀ ਗੋਲੀਆਂ ਚਲਾਈਆਂ ਨੇ ਅਤੇ ਪਿੱਛੋਂ ਖੜ ਕੇ ਵੀ ਗੋਲੀਆਂ ਚਲਾਈਆਂ ਨੇ। ਦੋਨੇ ਸਾਈਡ ਗੱਡੀਆਂ ਸੀਗੀਆਂ ਜਿਨ੍ਹਾਂ ਨੇ ਘੇਰਿਆ ਉਹਨੂੰ ਬਾਈ ਨੂੰ, ਅਤੇ ਘੇਰ ਕੇ ਗੱਡੀਆਂ 'ਚ ਗੋਲੀਆਂ ਚਲਾਈਆਂ, ਅੰਨੇਵਾਹ ਗੋਲੀਆਂ ਸੀਗੀਆਂ ਬਾਈ। ਨਿਸ਼ਾਨ ਤੁਹਾਨੂੰ ਕੰਧਾਂ 'ਤੇ ਵੀ ਦਿਖਾਏ ਨੇ ਵੀ ਕਿਵੇਂ ਨਿਸ਼ਾਨ ਪਏ ਆ ਸਾਰੇ ਕਿਤੇ। ਬਾਕੀ ਹੁਣ ਪਿੰਡ ਨੂੰ ਜਾਈ ਜਾਂਦੇ ਹਾਂ ਅਤੇ ਬਾਈ ਦੀ ਹਵੇਲੀ ਵਗੈਰਾ ਦਿਖਾਵਾਂਗੇ ਤੁਹਾਨੂੰ ਸਾਰਾ ਕੁਛ, ਜੋ ਉਹਨਾਂ ਦੀ ਸੰਦ ਵਗੈਰਾ ਰੱਖੇ ਹੋਏ ਸੀਗੇ, ਉਹਨਾਂ ਨੇ ਟਰੈਕਟਰ ਵਗੈਰਾ ਸ਼ੌਂਕ ਨਾਲ ਜਿਹੜੇ ਰੱਖੇ ਹੋਏ ਸੀਗੇ 9-11, ਉਹ ਸਾਰਾ ਕੁਛ ਇੱਕ ਮਿਊਜ਼ੀਅਮ ਦੀ ਤਰ੍ਹਾਂ ਚੇਂਜ ਕਰਤਾ ਬਾਈ ਦੀ ਹਵੇਲੀ 'ਚ, ਪੂਰੀ ਹਵੇਲੀ ਨੂੰ ਮਿਊਜ਼ੀਅਮ ਦੀ ਤਰ੍ਹਾਂ ਬਣਾਤਾ, ਅਤੇ ਉਹ ਦਿਖਾਉਂਦੇ ਹਾਂ ਤੁਹਾਨੂੰ ਸਾਰਾ ਕੁਛ। ਲਓ ਬਾਈ ਜੀ ਮੂਸੇ ਪਹੁੰਚ ਚੁੱਕੇ ਹਾਂ ਹੁਣ ਆਪਾਂ। ਮੇਰੇ ਪਿੱਛੇ ਤੁਸੀਂ ਹਵੇਲੀ ਦੇਖ ਸਕਦੇ ਹੋ ਬਾਈ ਦੀ, ਬਹੁਤ ਸੋਹਣੀ ਬਣਾਈ ਹੋਈ ਹੈ ਯਾਰ, ਸ਼ੌਂਕ ਨਾਲ ਬਣਾਈ ਹੋਈ ਸੀਗੀ ਬਾਈ ਨੇ, ਪਰ ਹੁੰਦਾ ਉਹੀ ਹੈ ਜੋ ਕਿਸਮਤ 'ਚ ਲਿਖਿਆ ਹੋਵੇ। ਬਾਈ ਨੂੰ ਇਹ ਸ਼ੌਂਕ ਆਪਦੇ ਪੂਰੇ ਕਰਨੇ ਮਿਲੇ ਹੀ ਨਹੀਂ, ਬਾਈਕਰ ਨੂੰ ਕੁਛ ਹੋਰ ਮਨਜ਼ੂਰ ਸੀਗਾ। ਅਤੇ ਬਾਕੀ ਹਜੇ ਹਵੇਲੀ ਦਾ ਗੇਟ ਖੁੱਲਿਆ ਨਹੀਂ ਹੈਗਾ ਬਾਈ, ਪੁੱਛਦੇ ਹਾਂ ਬਾਈਆਂ ਨੂੰ ਵੀ ਅੰਦਰ ਜਾਣ ਦਿੰਦੇ ਆ ਜਾਂ ਨਹੀਂ ਜਾਣ ਦਿੰਦੇ। ਬਾਕੀ ਕੋਸ਼ਿਸ਼ ਕਰਾਂਗੇ ਕਿ ਅੰਦਰੋਂ ਦਿਖਾ ਸਕੀਏ ਤੁਹਾਨੂੰ ਸਾਰਾ ਕੁਛ, ਜੋ ਬਾਈ ਨੇ ਰੀਝਾਂ ਨਾਲ ਸਾਰਾ ਕੁਛ ਆਪਣਾ ਲੈਤਾ ਹੋਇਆ ਸੀਗਾ, ਟਰੈਕਟਰ ਵਗੈਰਾ ਸਾਰਾ ਕੁਛ।
दिखाने थोनू जे अंदर जान की इजाजत मिली तो ठीक है, बाकी पुछदे हैं अंदर जान देंगे ने या नहीं। अंदर तो भाई यार कहते भी कुछ सिक्योरिटी रीजन ज ने अपन जान नहीं दिता है, तो आ बारों गेट दिखाता थोनू, दूरों व्यू भी वधिया आ जाता है हवेली का, तो अंदर जान नहीं दिता है। पूछा सीगा, रिक्वेस्ट भी करी, भाई कहिंदा भी सिर्फ संडे संडे नू खुला हुंदा, तो देखते हैं फिर पार्ट टू बना के थोनू अंदरों सारा कुछ पार्ट टू च दिखा। आह भाई पुराना घर है भाई का, नवे च तो जान नहीं दिता सीगा, तो इतों भाई दस रहे ने कि इत्थे रहिंदे नहीं हैगे हुण, भी नवे घर च ही ने माँ बाप भी, तां करके आ पुराना घर सीगा, इहनूं लॉक लग्गिया पिया भाई। कुछ भी पूछा सीगा, वो कहिंदे भी एतवार नूं ही खोलदे ने भाई इहनूं भी घर नूं भी। श्रीमती चरण कौर सरपंच, वाइफ ऑफ सरदार बलकौर सिंह सिद्धू, मम्मी ते डैडी दा नाम है भाई दे। भाई अज दा गेड़ा खराब गया, वो कहिंदे भी भाजी दे इंस्टाग्राम पेज ते है जिहड़ा टाइमिंग पाई हुई है भी सिर्फ संडे नूं ही खुल सकदा घर, सिक्योरिटी करके नहीं। लो भाई और कुछ यार नहीं दिखा सके, माफी चाहते हैं वो वास्ते। आ भाई की समाधि बनाई है वो अपने खेत च, ते नाल जरूरी बेनती लिखी गई है ताकि लोग बहमा भरमा च ना बहन, भी रुपया का मत्था ना टेकया जाए। प्यार करने वाले भाई इतने आपका बूटा ला के जाओ तो उन्होंने पालो, पूरा बाग बनाता भाई आले दुआले। ये हजे चंगी तरह तैयार करी जाते हैं समाध बनाने वास्ते। सोचा भी चलो होर कुछ नहीं दिखा सकिया थोनू, इन्ना तो जरूर दिखा सकते हैं, बाकी पार्ट टू बनाना जरूर है भाई। घर के अंदर भाई दियाँ जो रीजा नाल रखे हुए समान ने उहदे बारे जरूर दिखावांगे थोनू सारा कुछ, लोगों नू पता लगे यार भी कितना शौंकी बंदा सी। पिंड च भी पुछिया सारिआं नू यार, कोई माड़ा नहीं कहिंदा हैगा। समाद भाई मैं थोनू दिखाती है यार सारी, जिहड़ा हवेली दा अंदरों अंदरों रह गया उहदे वास्ते असीं पार्ट टू जरूर बनावांगे यार। लोकां नू सारी सही जानकारी पता लगनी चाहीदी है, क्योंकि बहुत अफवाहां फैला रहे ने फालतू दियां यार, भी ऐं करता वाह करता, उह च कोई दिक्कत नहीं भाई, कोई इत्थे पैसों का चढ़ावा नहीं चढ़ता। जिहड़े लोग कहिंदे सीगे भी बाबा बनाता उहनूं भी पैसे चढ़न लग गए, ऐं चढ़न लग गए, कोई यही जहा कुछ नहीं चढ़ता भाई इत्थे। उन्होंने लिख के लाया हुआ स्पैशल भी कोई पैसे का चढ़ावा ना करो, बूटा लाओ तो बूटे नू पाल के वड्डा करो, उही थोड़ी श्रद्धांजलि मनी जाऊगी। हाँ बूटे लाए भी बहुत ने भाई, पूरा बाग बनाता सारे पासे लोगों ने, पूरा बाग सारे पासे बनाता है लोगों ने, तो सामभ के बस पालन पालन नू कहा उन्होंने भी पानी पा के जाओ। जिहड़े समाध दे आले दुआले ने भाई उन्हां वास्ते, उन्हां नू सामण वास्ते तां बंदा रख्या होया इन्हां ने, बाकी उन्हां ने कहा भी आपदे आपदे घरें सिद्धू दे नाम दा बूटा जरूर लाओ तां उहनू पालो, यही थोड़ी श्रद्धांजलि है भाई। शुक्रिया, धन्नवाद है थोड़ा यार, ते पार्ट टू थोनू थोड़े लई जरूर बनावांगे, धन्नवाद भाई, शुक्रिया। दोस्तों अज वाला ब्लॉग थोनू किवें लग्या कमेंट करके जरूर दसो, तो इसका पार्ट टू देखने वास्ते मेरे चैनल में जरूर सबसक्राइब कर लो, तो बैल आइकन दबा लो ताकि तुहानू सब तो पहला पार्ट टू का नोटिफिकेशन मिल जाए। शुक्रिया, धन्यवाद बहुत बहुत।